ਪੈਦਾ ਲੰਗਰ ਤੇਰਾ ਅੱਜ ਵੀ ਚੱਲਦਾ ਏਦਾ ਥਾ। ਗੁਰੂ ਨਾਨਕ ਪਾਤਸ਼ਾਹ ਦੇ ਵੱਲੋਂ ਵੀਰ ਪੈਦਾ ਲੰਗਰ ਚਲਾਇਆ ਗਿਆ ਸੀ, ਜੋ ਕਿ ਅੱਜ ਵੀ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਅਟੁੱਟ ਲੰਗਰ ਚੱਲਦਾ ਹੈ। ਭਾਵੇਂ ਪ੍ਰਕਾਸ਼ ਪੁਰਬ ਹੋਵੇ, ਭਾਵੇਂ ਸ਼ਹਾਦਤ ਦਿਹਾੜੇ ਹੋਣ, ਹਮੇਸ਼ਾ ਹੀ ਗੁਰੂ ਘਰ ਦੇ ਵਿੱਚ ਲੰਗਰ ਜਿਹੜੇ ਅਟੁੱਟ ਚੱਲਦੇ ਨੇ। ਜੇਕਰ ਗੱਲ ਕੀਤੀ ਜਾਵੇ ਕਾਰ ਸੇਵਾ ਬਾਬਾ ਭੂਰੀ ਵਾਲਿਆਂ ਦੀ ਤਾਂ ਬਾਬਾ ਕਸ਼ਮੀਰ ਸਿੰਘ ਹੋਣਾ ਦੇ ਲੰਗਰ ਦੀ, ਤਾਂ ਉਹਨਾਂ ਦਾ ਲੰਗਰ ਹੀ ਨਵੇਕਲਾ ਹੁੰਦਾ ਹੈ। ਉਹਨਾਂ ਦੇ ਲੰਗਰ ਦੀ ਚਰਚਾ ਜਿਹੜੀ ਹੈ ਹਰ ਪਾਸੇ ਹੁੰਦੀ ਹੈ। ਸੁਲਤਾਨਪੁਰ ਲੋਧੀ ਦੇ ਵਿੱਚ ਵੀ ਤੁਸੀਂ ਬਹੁਤ ਸਾਰੀਆਂ ਸੰਗਤਾਂ ਨੇ ਸੁਲਤਾਨਪੁਰ ਲੋਧੀ 'ਚ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ 'ਤੇ ਉਹਨਾਂ ਦਾ ਲੰਗਰ ਜਿਹੜਾ ਛਕਿਆ ਸੀ ਅਤੇ ਅੱਜ ਪਹੁੰਚੇ ਹੋਏ ਆ ਪਟਨਾ ਸਾਹਿਬ ਦੀ ਧਰਤੀ 'ਤੇ। ਇੱਥੇ ਵੀ ਜਿਹੜਾ ਸਿੱਖ ਸੰਗਤਾਂ ਦਾ ਇਕੱਠ ਹੈ, ਇਸ ਗੁਰੂ ਘਰ ਦੇ ਵਿੱਚ ਜ਼ਿਆਦਾਤਰ ਲੰਗਰ ਛਕਣ ਆ ਰਿਹਾ। ਤਸਵੀਰਾਂ ਬਹੁਤ ਹੀ ਨੇ, ਤੁਹਾਨੂੰ ਜ਼ਰੂਰ ਦਿਖਾਉਂਦੇ ਚੱਲਾਂਗੇ ਕਿ ਲੰਗਰ ਤਿਆਰ ਕਿਵੇਂ ਹੁੰਦਾ ਹੈ, ਕਿਸ ਤਰ੍ਹਾਂ ਇਹਦੀ ਕਿੰਨੀ ਟੀਮ ਜਿਹੜੀ ਇਸ ਲੰਗਰ ਨੂੰ ਤਿਆਰ ਕਰਨ ਦੇ ਲਈ ਲੱਗੀ ਹੋਈ ਹੈ। ਬਾਬਾ ਕਸ਼ਮੀਰ ਸਿੰਘ ਜੀ ਹੋਣਾ ਦੇ ਵੱਲੋਂ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਹੋਣਾ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਜਾ ਰਿਹਾ। ਸੋ ਅਸੀਂ ਹੁਣ ਜਿੱਥੇ ਲੰਗਰ ਤਿਆਰ ਹੁੰਦਾ ਉੱਥੇ ਤੁਹਾਨੂੰ ਲੈ ਕੇ ਚੱਲੇ ਹਾਂ, ਅਤੇ ਜ਼ਿਆਦਾ ਜਾਣਕਾਰੀ ਸੁਖਬੀਰ ਸਿੰਘ ਸੁੱਖਾ ਜੀ ਸਾਡੇ ਨਾਲ ਮੌਜੂਦ ਨੇ, ਇਹ ਸਾਰੀ ਜਾਣਕਾਰੀ ਦੇਣਗੇ। ਟੀਮ ਮੈਂਬਰ ਨੇ ਫਤਿਹ ਅਰਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਿੱਖ ਸੰਗਤਾਂ ਨੂੰ ਡੇਰਾ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਸ੍ਰੀ ਮਨਸਤ ਬਾਬਾ ਕਸ਼ਮੀਰਾ ਸਿੰਘ ਜੀ ਭੂਰੀ ਵਾਲੇ, ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ, ਬਾਬਾ ਗੁਰਵਿੰਦਰ ਸਿੰਘ ਜੀ ਭਗਵਾਨ ਭੂਰੀ ਵਾਲਿਆਂ ਵੱਲੋਂ ਲੱਖ ਲੱਖ ਵਧਾਈਆਂ। ਹੁਣ ਜਿਸ ਤਰ੍ਹਾਂ ਆਪ ਜੀ ਨੂੰ ਦੱਸਿਆ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ 353 ਪ੍ਰਕਾਸ਼ ਪੁਰਬ ਵਾਸਤੇ ਵਿਸ਼ੇਸ਼ ਤੌਰ 'ਤੇ ਪੰਜਾਬ ਤੋਂ ਕੁਝ 7000 ਸੰਗਤਾਂ ਲਿਆਈਆਂ ਗਈਆਂ ਹਨ, ਜਿਹਦੇ ਵਿੱਚ ਸੰਗਤ ਲੰਗਰ ਬਣਾਉਣ ਵਾਲੇ, ਲੰਗਰ ਵਰਤਾਉਣ ਵਾਲੇ ਔਰ ਕਾਰੀਗਰ ਸਿੰਘ ਲਿਆਏ ਗਏ ਹਨ। 4 ਦਿਨ ਦਾ ਲੰਗਰ ਬਾਬਾ ਜੀ ਵੱਲੋਂ ਰਾਜਗੀਰ ਵਿੱਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਨਿਤ ਮਨਾਇਆ ਗਿਆ ਹੈ ਜੀ। ਉੱਥੇ 4 ਦਿਨ ਲੰਗਰ ਚਲਾਇਆ ਹੈ, ਜਿਸ ਵਿੱਚ ਬਿਹਾਰ ਸਰਕਾਰ ਸਰਦਾਰ ਸ਼੍ਰੀ ਨਿਤਿਸ਼ ਕੁਮਾਰ ਜੀ ਮੁੱਖ ਮੰਤਰੀ ਬਿਹਾਰ ਵੱਲੋਂ ਬਹੁਤ ਹੀ ਵੱਡਾ ਯੋਗਦਾਨ ਪਾਇਆ ਗਿਆ ਹੈ। ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਥੋੜ੍ਹੀ ਹੈ। ਔਰ ਉੱਥੋਂ ਦਾ ਪ੍ਰਸ਼ਾਸਨ, ਉੱਥੋਂ ਦੀ ਕਮੇਟੀ ਹੈ ਜੋ ਤਖ਼ਤ ਹਰਿਮੰਦਰ ਜੀ ਪਟਨਾ ਦੀ ਕਮੇਟੀ ਆ, ਉੱਥੋਂ ਦੇ ਪ੍ਰਧਾਨ ਹਿੱਤ ਸਾਹਿਬ ਔਰ ਸਾਰਿਆਂ ਦਾ ਬਹੁਤ ਧੰਨਵਾਦ ਹੈ ਜਿਹੜਾ ਉਹਨਾਂ ਨੇ ਉੱਥੇ ਪ੍ਰਬੰਧ ਕੀਤਾ ਹੈ। ਔਰ ਜੀਵਨ ਦੇ ਵਿੱਚ ਇੱਕ ਪਹਿਲੀ ਵਾਰ ਸਾਨੂੰ ਚੀਜ਼ ਮਿਲੀ ਹੈ ਵੀ ਜਦੋਂ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ, ਕਿਉਂਕਿ ਉਹ ਜਿਹੜਾ ਰਾਜਗੀਰ ਸਥਾਨ ਹੈ, ਸ਼ੀਤਲ ਕੁੰਡ, ਗੁਰੂ ਨਾਨਕ ਸਾਹਿਬ ਨੇ ਉਸ ਜਗ੍ਹਾ 'ਤੇ ਚਰਨ ਪਾਏ ਹਨ ਔਰ ਉੱਥੇ 22 ਸੋਮੇ ਹਨ ਜਿੱਥੇ ਗੁਰੂ ਸਾਹਿਬ ਨੇ ਚਰਨ ਪਾਏ ਹਨ। ਉਹ ਚਰਨ ਸਪਰਸ਼ ਹੋਣ ਲੱਗਣ ਕਾਰਨ ਉਹ ਜਲ ਜਿਹੜਾ ਸ਼ੀਤਲ ਹੋ ਗਿਆ, ਜੋ ਅੱਜ ਵੀ ਸੰਗਤਾਂ ਉੱਥੇ ਜਲ ਉਹ ਛਕਦੀਆਂ ਹਨ, ਆਨੰਦ ਹੁੰਦਾ ਹੈ, ਆਨੰਦ ਮਾਣਦੀਆਂ ਹਨ। ਪਰ ਇਸ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆ ਸਰਕਾਰ ਵੱਲੋਂ, ਕਮੇਟੀ ਵੱਲੋਂ ਬਾਬਾ ਜੀ ਨੂੰ ਬੇਨਤੀ ਕੀਤੀ ਗਈ ਵੀ ਆਪ ਜੀ ਲੰਗਰ ਦਾ ਉੱਥੇ ਉਪਰਾਲਾ ਕਰੋ। ਲੰਗਰ ਦਾ ਉਪਰਾਲਾ ਕੀਤਾ ਗਿਆ, ਜਿਸ ਵਿੱਚ ਬੁੱਧ, ਈਸਾਈ, ਕ੍ਰਿਸਚਨ, ਮੁਸਲਿਮ, ਸਿੱਖ, ਈਸਾਈ ਸਾਰਿਆਂ ਨੇ ਆਪੋ ਆਪਣਾ ਗੁਰੂ ਦਾ ਜਸ ਕਾ ਕੇ ਲੰਗਰ ਦੀ ਸ਼ੁਰੂਆਤ ਕੀਤੀ। ਔਰ ਇਹ ਇੱਕ ਅਦਭੁਤ ਹੀ ਨਜ਼ਾਰਾ ਸੀ ਜੀਵਨ ਦੇ ਵਿੱਚ, ਕਿਉਂਕਿ ਅਸੀਂ ਇੰਨੀਆਂ ਸ਼ਤਾਬਦੀਆਂ ਮਨਾਈਆਂ ਪਰ ਇੰਨਾ ਇਕੱਠ ਜੀਵਨ ਦੇ ਵਿੱਚ ਸਾਨੂੰ ਪਹਿਲੀ ਵਾਰ ਮਿਲਿਆ ਜਿਹਦੇ ਵਿੱਚ ਸਾਰਿਆਂ ਨੇ ਗੁਰੂ ਦਾ ਜਸ ਖਾ ਕੇ ਲੰਗਰ ਦੀ ਸ਼ੁਰੂਆਤ ਕੀਤੀ। ਇਹ ਵੀ ਦੱਸੋ ਕਿ ਜਿਹੜੇ ਲੰਗਰ ਦੀ ਆਪਾਂ ਸ਼ੁਰੂਆਤ, ਜੋ ਲੰਗਰ ਤਿਆਰ ਹੁੰਦਾ, ਕਿੰਨੀਆਂ ਟੀਮਾਂ ਲੰਗਰ ਲੱਗੀਆਂ ਅਤੇ ਕਿੱਥੇ ਕਿੱਥੇ ਜਿਹੜਾ ਸਮਾਨ ਸਟੋਰ ਕੀਤਾ ਗਿਆ? ਇਹ ਵਾਹਿਗੁਰੂ ਜੀ, ਆਪ ਜੀ ਨੂੰ ਦੱਸਿਆ ਜਾਂਦਾ ਹੈ ਵੀ ਜਿੰਨਾ ਵੀ ਆਪਣਾ ਇੱਥੇ ਲੰਗਰ ਹੈ, ਉਹ ਆਪਣੇ ਬੋਇਲਰ ਸਿਸਟਮ ਲੱਗਾ ਹੋਇਆ ਹੈ, ਸਟੀਮ ਨਾਲ ਲੰਗਰ ਤਿਆਰ ਹੁੰਦਾ ਹੈ। ਔਰ ਜੋ ਤੰਦੂਰੀ ਪ੍ਰਸ਼ਾਦੇ ਹਨ ਉਹਦਾ ਸੈਗਮੈਂਟ ਵੱਖਰਾ, ਜਿੱਥੇ ਤੰਦੂਰ ਪ੍ਰਸ਼ਾਦੇ ਲਾਏ ਉਤਾਰੇ ਜਾਂਦੇ ਹਨ। ਫਿਰ ਸਾਡੇ ਮਸ਼ੀਨਾਂ ਲੱਗੀਆਂ ਹੋਈਆਂ ਹਨ 2, ਜਿਹਦੇ ਵਿੱਚ ਸੰਗਤ ਦੀ ਆਮਦ ਨੂੰ ਵੇਖਦਿਆਂ ਹੋਇਆ ਉਹ ਮਸ਼ੀਨਾਂ ਵੀ ਚਲਾਉਣੀਆਂ ਪੈਂਦੀਆਂ ਹਨ। ਔਰ ਜੋ ਪੰਜਾਬ ਤੋਂ ਮਾਈਆਂ ਲਿਆਈਆਂ ਬੀਬੀਆਂ ਭੈਣਾਂ ਆਈਆਂ ਹਨ, ਉਹ ਵੀ ਲੋਹਾਂ ਚਲਾ ਕੇ ਲੰਗਰ ਉਹ ਵੀ ਨਾਲ ਹੀ ਪਕਾਇਆ ਜਾਂਦਾ ਹੈ ਅਤੇ ਸੰਗਤਾਂ ਦੇ ਵਿੱਚ ਵਰਤਾਇਆ ਜਾਂਦਾ ਹੈ। ਸੋ ਰਸਦ ਦਾ ਸਮਾਨ ਜਿਹੜਾ ਉਹ ਕਿੱਥੇ ਪਿਆ? ਰਸਦ ਦਾ ਸਮਾਨ, ਕਿਉਂਕਿ ਇੱਥੇ ਜਗ੍ਹਾ ਘੱਟ ਹੋਣ ਕਰਕੇ, ਲਾਗੇ ਮੰਗਲ ਤਲਾਅ ਹੈ, ਉੱਥੇ ਮੋਦੀਖਾਨਾ ਹੈ ਵੱਡਾ, ਉਸ ਮੋਦੀਖਾਨੇ 'ਚੋਂ ਅਸੀਂ ਅੰਦਰ ਬਾਲੀਲਾ ਗੁਰਦੁਆਰੇ ਦੇ ਵਿੱਚ ਛੋਟਾ ਮੋਦੀਖਾਨਾ ਬਣਾਇਆ ਹੈ। ਉਹ ਸਾਰਾ ਸਮਾਨ ਰਾਤ ਨੂੰ ਛੋਟੇ ਮੋਦੀਖਾਨੇ ਵਿੱਚ ਲਿਆ ਕੇ ਉਸ ਪੰਗਤਾਂ ਦੇ ਵਿੱਚ ਸੰਗਤਾਂ ਦੇ ਬਣਾਉਣ ਵਾਸਤੇ ਵਰਤਾਇਆ ਜਾਂਦਾ ਹੈ। ਆਪ ਜੀ ਜਿਸ ਤਰ੍ਹਾਂ ਦੇਖ ਰਹੇ ਹੋ, ਇਹ ਗੁੜ ਦੇ ਚੌਲ ਹਨ,
ये चिट्टे चौल हैं, दो तरह के चौल आप जी देख रहे हो मिठे, बाकी आप सब्जियां इधर राजमा बने हुए हैं, परले बने दाल चल रही है, दूसरे बने आप जी देखो मटर पनीर की सब्जी चल रही है। और बाबा जी वालों इन्हां पदार्थों संगत की आमद को वेखद ज़्यादा तो ज़्यादा तीन घंटे चलते हैं, उस तो बाद जो पदार्थ है चेंज किया जाता है मेनू। सो तुसीं दस्सिया कि हर तीन चार घंटे बाद सब्जी जड़ी बदल जाती है, सो किन्नियां किन्नियां सब्जियां जड़ियां इत्थे बनाईयां जांदियां ने? इत्थे अनेक प्रकार दी सब्जियां बनाई जाती है, जिस तरह मिक्स सब्जी बनाई जाती है, मटर मशरूम बनाया जाता है, मटर पनीर बनाए जाते हैं, चिट्टे छोले पनीर बनाए जाते हैं, काले छोले बनाए जाते हैं, जिस तरह आप जी देख सकते हो सवेर वास्ते कोफ्तियां की तैयारी की जा रही है, सवेरे कोफ्तियां की सब्जी बनाई जानी है जो संगतां नूं लंगर दे विच वरताई जानी है, उहदियां तैयारियां हुण तों ही कारीगर कर रहे हैं, जो कोफ्ते की सब्जी सवेरे बना के संगतां नूं छकाई जानी है। इस तरह आप जी देख रहे हो इधर माइयां हैं जो प्रशादियां दी सेवा कर रही हैं, इधर प्रशादे वेल रही हैं, और इस तो बाद वेल के यो प्रशादे लोहां दे विच आपां पकाए जांदे हन। बिल्कुल जी, एक तस्वीर थानू दिखाने के जिथे ये बीबियां सारियां लंगर उत्थे तैयार कर दियां ने, तो उस तो बाद इस लोह दे उपर प्रशादे पकाए जाते हैं, ये तस्वीर थानू पटना साहब की धरती तो दिखा रहे हैं। तो इस बाबा जी गल की जाए कि सब्जी कट्टन का काम भी उधर चल रहा है? देखो आप जी सब्जी कट्टन का काम कराया जा रहा है, जिस तरह मूली कट्टी जा रही है, गोभी की सब्जी कट्टी जा रही है, फलियां कट्टिया जा रही हैं, कद्दू की सब्जी कट्टी जा रही है, गाजर की सब्जी कट्टी जा रही है, शलगम कट्टे जा रहे हैं, आलू जिहड़े वो भी कट्टे जा रहे हैं, और प्याज भी छिले जा रहे हैं, जो कि सवेर दियां मिक्स सब्जी बननी है उहदियां तैयारियां हुण तों ही कीतियां जांदियां हन। वाहिगुरु। किन्नियां पंगतां बनाईया गई ने, पंगत जिहड़ी संगत दा इकट्ठ बहुत ज़्यादा, आमद बहुत वड्डी हो रही है, सो गल करदे कि किन्नियां पंगतां बनाईया गई? अपने कोल इस वक्त 8 पंगतां हन, संत की आमद नूं रखदा आ, बाबा जी वालों इस लंगर नूं वड्डा कीता जांदा है, बाहर फिर उहनूं वड्डे पंडाल दे विच इस लंगर नूं चलाया जांदा है, क्योंकि गुरपुरब दे दरम्यान बिहार दियां जो लोकल संगतां हन उन्हां उह बहुत ज़्यादा आउंदियां हन, और जिहदा करके संगतां दी आमद नूं रखदा है, ये सारे जिहड़े प्रबंध उह वध जांदे हन। सो ये एक तस्वीर थानूं दिखाउंदे कि जिथे बाल्टियां च जिहड़ा लंगर है ਉਹ ਪਿਆ ਹੈ, ਇਹ ਬਾਲਟੀਆਂ ਦੇ ਵਿੱਚ, ਇਹਨਾਂ ਬਾਲਟੀਆਂ ਦੇ ਵਿੱਚ ਜਿਹੜਾ ਲੰਗਰ ਹੈ ਉਹ ਤਿਆਰ ਕਰਕੇ ਪਾਇਆ ਗਿਆ ਹੈ। ਜਿਸ ਤਰ੍ਹਾਂ ਆਪ ਜੀ ਵੇਖ ਰਹੇ ਹੋ ਪਿਛਲੋਂ ਸਿੰਘਾਂ ਨੇ ਬਾਲਟੀਆਂ ਦੇ ਵਿੱਚ ਚੌਲ, ਦਾਲ, ਟਮਾਟਰ ਦੀ ਸਬਜ਼ੀ, ਰਾਜਮਾਂਹ ਦੀਆਂ ਸਬਜ਼ੀਆਂ ਰੱਖੀਆਂ ਹਨ, ਜਿਹੜਾ ਵੀ ਵਰਤਾਵਾ ਵਰਤਾਉਣ ਵਾਲਾ ਹੈ ਉਹ ਬਾਲਟੀ ਲੈ ਕੇ ਉਸੇ ਵੇਲੇ ਲੰਗਰ ਦੇ ਵਿੱਚ ਸਰਵ ਕਰੀ ਜਾਂਦਾ ਹੈ, ਕਿਉਂਕਿ ਸੰਗਤ ਬਹੁਤ ਜ਼ਿਆਦਾ ਆ ਰਹੀ ਹੈ, ਤੋ ਇਸ ਚੀਜ਼ ਨੂੰ ਮੁੱਖ ਰੱਖਦੇ ਆ ਬਾਬਾ ਜੀ ਹੁਣਾਂ ਵੱਲੋਂ, ਜਿਹੜੇ ਸੇਵਾਦਾਰ ਹੈ ਉਹਨਾਂ ਨੂੰ ਬਿਲਕੁਲ ਚੌਕਸ ਕੀਤਾ ਗਿਆ ਹੈ। ਔਰ ਬਾਬਾ ਜੀ ਵੱਲੋਂ ਜਿਸ ਤਰ੍ਹਾਂ ਆਪ ਜੀ ਨੂੰ ਦੱਸ ਦਈਏ ਕਿ ਜਿਹੜੀਆਂ ਸੰਗਤਾਂ ਜਾ ਰਹੀਆਂ ਹਨ ਉਹਨਾਂ ਵਾਸਤੇ ਬਾਬਾ ਜੀ ਨੇ ਇੱਕ ਸਟਾਲ ਲਾਇਆ ਹੈ, ਅਤੇ ਜਿਹੜੀਆਂ ਸੰਗਤਾਂ ਟ੍ਰੇਨਾਂ 'ਤੇ ਜਾਣ ਉਹ ਆਪਣਾ ਪ੍ਰਸ਼ਾਦਾ ਉੱਥੋਂ ਪੈਕ ਕਰਵਾ ਕੇ ਖਾਂਦੀਆਂ ਹਨ, ਜਿਹਦੇ ਵਿੱਚ ਬਾਬਾ ਜੀ ਵੱਲੋਂ ਸਬਜ਼ੀ ਪ੍ਰਸ਼ਾਦੇ ਉਹ ਰੱਖੇ ਗਏ ਹਨ, ਵੀ ਜੋ ਵੀ ਆਪਣੇ ਸੰਗਤ ਜਾਣੀ ਚਾਹੁੰਦੇ ਆਣ ਕੇ ਕਾਊਂਟਰ 'ਤੇ ਦੱਸਦਾ ਹੈ ਵੀ ਮੈਂ ਅਸੀਂ ਦਸਾਂ ਸਿੰਘ ਹਾਂ, ਉਹਨਾਂ ਦਸਾਂ ਸਿੰਘਾਂ ਦਾ ਉਹ ਪ੍ਰਸ਼ਾਦਾ ਪੈਕ ਕਰਕੇ ਸੰਗਤਾਂ ਨੂੰ ਦਿੱਤਾ ਜਾਂਦਾ ਹੈ। ਬਿਲਕੁਲ ਜੀ, ਇਹ ਉਹ ਕਾਊਂਟਰ ਹੈ ਜਿੱਥੇ ਜਦੋਂ ਵੀ ਸੰਗਤਾਂ ਨੇ ਗੁਰੂ ਦਰਬਾਰ ਦੇ ਦਰਸ਼ਨ ਕਰ ਲਏ ਤਾਂ ਉਹ ਟ੍ਰੇਨਾਂ 'ਤੇ ਜਾਂ ਕਿਸੇ ਵੀ ਆਪਣੇ ਵਾਹਨ 'ਤੇ ਵਾਪਸ ਜਾਣਾ ਚਾਹੁੰਦੀਆਂ ਨੇ ਆਪਣੇ ਘਰ, ਤਾਂ ਉਸ ਵੇਲੇ ਉਹਨਾਂ ਨੂੰ ਪ੍ਰਸ਼ਾਦੇ ਦੀ ਲੋੜ ਹੁੰਦੀ ਹੈ, ਅਤੇ ਇੱਥੇ ਆ ਕੇ ਕਾਊਂਟਰ 'ਤੇ ਉਹ ਦੱਸ ਸਕਦੇ ਨੇ ਕਿ ਅਸੀਂ ਕਿੰਨੇ ਮੈਂਬਰ ਹਾਂ, ਤਾਂ ਉਹਨਾਂ ਦੇ ਲਈ ਇੱਥੋਂ ਪ੍ਰਸ਼ਾਦਾ ਨਾਲ ਸਬਜ਼ੀਆਂ ਦੇ ਨਾਲ ਉਹ ਪੈਕ ਕਰਕੇ ਦਿੱਤਾ ਜਾਂਦਾ ਅਤੇ ਉਹ ਰਾਸਤੇ 'ਚ ਛੱਕ ਸਕਦੀਆਂ ਨੇ। ਜੇਕਰ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਸਫਾਈ ਪੱਖੋਂ ਵੀ ਬਹੁਤ ਹੀ ਪ੍ਰਬੰਧ ਵਧੇ ਕਿ ਜਿਵੇਂ ਸਾਫ਼ ਸਫਾਈ ਨਾਲ ਦੀ ਨਾਲ ਹੋ ਰਹੀ ਹੈ। ਇਹ ਵਾਹਿਗੁਰੂ ਜੀ ਆਪ ਜੀ ਨੂੰ ਦੱਸਿਆ ਜਾਂਦਾ ਹੈ, ਇਹਨਾਂ ਵਾਸਤੇ ਸਫਾਈਆਂ ਦੀ ਜਿਹੜੀ ਟੀਮ ਆ ਵੱਖਰੀ ਲੱਗੀ ਆ, ਵਰਤਾਵੇ ਵੱਖਰੇ ਹਨ, ਔਰ ਆਪ ਜੀ ਨੂੰ ਦੱਸਿਆ ਰਾਤ ਨੂੰ 2 ਵਜੇ ਇਹ ਜਿਹੜਾ ਪੂਰਾ ਲੰਗਰ ਹੈ ਇਹਨੂੰ ਗਰਮ ਪਾਣੀ ਦੇ ਨਾਲ ਸਰਫ਼ ਦੇ ਨਾਲ ਧੋਇਆ ਜਾਂਦਾ ਹੈ, ਕਿਉਂਕਿ ਸਾਰੀ ਦਿਹਾੜੀ ਸੰਗਤ ਦੇ ਇੱਥੇ ਆਉਣ ਕਰਕੇ ਚਿਕਨਾਹਟ ਹੋ ਜਾਂਦੀ ਆ, ਔਰ ਇਸ ਨੂੰ ਗਰਮ ਪਾਣੀ ਨਾਲ ਧੋ ਕੇ ਸਵੇਰ ਵਾਸਤੇ ਬਿਲਕੁਲ ਉਹਨੂੰ ਤਿਆਰ ਕੀਤਾ ਜਾਂਦਾ ਹੈ। ਕੀ ਬਾਤ ਹੈ ਜੀ, ਸੋ ਇਸ ਦੇ ਨਾਲ ਚਾਹ ਦਾ ਲੰਗਰ, ਕੌਫੀ ਦਾ ਲੰਗਰ ਵੀ ਹੈ, ਚਾਹ ਦੇ ਨਾਲ
ਸੰਗਤਾਂ ਨੂੰ ਕੀ ਕੁਝ ਖਾਣ ਨੂੰ ਦਿੱਤਾ ਜਾ ਰਿਹਾ ਤੇ ਨਾਲ ਚਾਹ ਦਾ ਲੰਗਰ ਵੀ ਪੂਰਾ ਦਿਨ ਚੱਲਦਾ ਰਹਿੰਦਾ? ਜਿਸ ਤਰ੍ਹਾਂ ਆਪ ਜੀ ਨੇ ਦੱਸਿਆ ਜਾਵੇ, ਸਵੇਰੇ ਨਾਸ਼ਤੇ ਦੇ ਵਿੱਚ ਆਲੂ ਫਿੰਗਰ, ਪਾਲਕ ਪਕੌੜਾ, ਬ੍ਰੈਡ ਪਕੌੜਾ ਔਰ ਮਿਕਸ ਪਕੌੜਾ ਦਿੱਤਾ ਜਾਂਦਾ ਹੈ, ਜਿਹਦੇ ਵਿੱਚ ਮਿੱਠੀ ਫਿੱਕੀ ਚਾਹ ਵੀ ਦਿੱਤੀ ਜਾਂਦੀ ਹੈ ਔਰ ਕੌਫੀ ਵੀ, ਜੋ ਸਿੰਘ ਨਹੀਂ ਚਾਹ ਛਕ ਸਕਦੇ ਕੌਫੀ ਵੀ ਪੀ ਸਕਦੇ ਹਨ। ਸੋ ਬਿਲਕੁਲ ਜੀ, ਇਹ ਬਹੁਤ ਹੀ ਵਧੀਆ ਖੂਬਸੂਰਤ ਪ੍ਰਬੰਧ ਕੀਤੇ ਗਏ ਨੇ ਤੇ ਇੱਕ ਤਸਵੀਰ ਤੁਹਾਨੂੰ ਸੰਤ ਬਾਬਾ ਕਸ਼ਮੀਰ ਸਿੰਘ ਦੀ ਵੀ ਜ਼ਰੂਰ ਦਿਖਾ ਦਿੰਦੇ ਹਾਂ ਕਿ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਵੱਡਾ ਜਿਹੜਾ ਉਪਰਾਲਾ ਕੀਤਾ ਗਿਆ ਹੈ। ਸਾਹਮਣੇ ਤੁਸੀਂ ਮੇਰੇ ਨਾਲ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਬਾਬਾ ਕਸ਼ਮੀਰ ਸਿੰਘ ਹੋਣੀ ਜੀ ਬੈਠੇ ਹੋਏ ਨੇ, ਸੰਗਤਾਂ ਉਹਨਾਂ ਨੂੰ ਨਮਸਕਾਰ ਕਰ ਰਹੀਆਂ ਨੇ ਅਤੇ ਨਾਲ ਦੀ ਨਾਲ ਉਹਨਾਂ ਦਾ ਬਹੁਤ ਹੀ ਸ਼ੁਕਰੀਆ ਅਦਾ ਵੀ ਕੀਤਾ ਜਾ ਰਿਹਾ ਕਿ ਉਹ ਗੁਰੂ ਦਰਬਾਰ ਦੇ ਵਿੱਚ ਬਹੁਤ ਹੀ ਵੱਡੀ ਹਾਜ਼ਰੀ ਭਰਦੇ ਨੇ ਹਰ ਵੇਲੇ, ਦੇਸ਼ ਵਿਦੇਸ਼ ਜਿੱਥੇ ਵੀ ਲੋੜ ਪੈਂਦੀ ਹੈ ਬਾਬਾ ਜੀ ਦੇ ਵੱਲੋਂ ਲੰਗਰ ਜੇ ਲਗਾ ਜਾਂਦੇ ਨੇ। ਸੰਗਤਾਂ ਬਹੁਤ ਹੀ ਵੱਡੀ ਗਿਣਤੀ ਵਿੱਚ ਇਸ ਗੁਰਦੁਆਰੇ 'ਚ ਆ ਰਹੀ ਹੈ। ਪਟਨਾ ਸਾਹਿਬ ਦੀ ਧਰਤੀ 'ਤੇ ਧੰਨ ਸ਼੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਅਤੇ ਕਾਰ ਸੇਵਾ ਭੂਰੀ ਵਾਲੇ ਬਾਬਾ ਜੀ ਕਸ਼ਮੀਰ ਸਿੰਘ ਹੋਣਾ ਜੀ ਵੱਲੋਂ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਜਿੰਨੀਆਂ ਸੰਗਤਾਂ ਆਈਆਂ ਨੇ, ਹਰ ਇੱਕ ਸੰਗਤ ਦੇ ਲਈ ਲੰਗਰ ਦਾ ਬਹੁਤ ਵੱਡੇ ਪੱਧਰ 'ਤੇ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਚੱਲਦੇ ਹਾਂ ਕਿ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਵੀ ਪੂਰੇ 15 ਦਿਨ ਉੱਥੇ ਲੰਗਰ ਚੱਲਦਾ ਰਿਹਾ, ਜਿੱਥੇ ਹਰ 4 ਘੰਟੇ ਬਾਅਦ ਸਬਜ਼ੀ ਜਿਹੜੀ ਬਦਲ ਜਾਂਦੀ ਸੀ। ਅਤੇ ਹੁਣ ਅਸੀਂ ਬਾਬਾ ਜੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਬਿਹਾਰ ਦੀਆਂ ਸੰਗਤਾਂ ਇੱਥੇ ਆ ਰਹੀਆਂ ਹਨ ਬਾਬਾ ਜੀ ਦੇ ਦਰਸ਼ਨਾਂ ਕਰਨ ਵਾਸਤੇ, ਉਹ ਬੜੀਆਂ ਬਾਗੋ ਬਾਗ ਹੋ ਕੇ ਜਾ ਰਹੀਆਂ ਹਨ ਵੀ ਕੋਈ ਜਿਨ੍ਹਾਂ ਨੇ ਲੰਗਰ ਲਾਇਆ ਹੈ ਉਹਨਾਂ ਦੇ ਦਰਸ਼ਨ ਕਰਨੇ ਚਾਹੁੰਦੇ ਹਨ। ਜਿਸ ਤਰ੍ਹਾਂ ਆਪ ਜੀ ਦੇਖ ਸਨ, ਜਿੰਨੇ ਵੀ ਡਿਪਾਰਟਮੈਂਟਾਂ ਦੇ ਲੋਕ ਹਨ ਉਹ ਮਹਾਂਪੁਰਖਾਂ ਦੇ ਕੋਲੋਂ ਆਸ਼ੀਰਵਾਦ ਪ੍ਰਸ਼ਾਦ ਲੈਣ ਆ ਰਹੀਆਂ ਹਨ। ਸੋ ਬਿਲਕੁਲ ਜੀ, ਇਸ ਵੇਲੇ ਸਾਡੇ ਨਾਲ ਬਾਬਾ ਜੀ ਵੀ ਮੌਜੂਦ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬਹੁਤ ਵੱਡਾ ਇਹਨਾਂ ਦੇ ਵੱਲੋਂ ਉਪਰਾਲਾ ਕੀਤਾ ਜਾ ਰਿਹਾ। ਸਤਿ ਸ਼੍ਰੀ ਅਕਾਲ। ਸੋ ਬਿਹਾਰ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਬਹੁਤ ਹੀ ਖੁਸ਼ ਨੇ ਬਾਬਾ ਜੀ ਦੇ ਪ੍ਰਬੰਧਾਂ ਤੋਂ, ਜਿੰਨਾ ਵੀ ਇੱਥੇ ਲੰਗਰ ਛਕਣ ਆਉਂਦੀਆਂ ਨੇ ਅਤੇ ਨਾਲ ਬਾਬਾ ਜੀ ਨੂੰ ਮਿਲਣ ਆਉਂਦੀਆਂ ਨੇ ਕਿ ਕਿਹੜੇ ਮਹਾਂਪੁਰਸ਼ ਨੇ ਜਿਨ੍ਹਾਂ ਦੇ ਵੱਲੋਂ ਇਹ ਲੰਗਰ ਲਗਾਇਆ ਗਿਆ। ਸੋ ਪਹਿਲਾਂ ਤਾਂ ਬਾਬਾ ਜੀ ਫਤਿਹ ਅਰਜ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਪੁੱਛਣਾ ਚਾਹਾਂਗੇ ਕਿ ਬਹੁਤ ਹੀ ਸੰਗਤ ਖੁਸ਼ ਹੈ ਅਤੇ ਤੁਸੀਂ ਇਹ ਜਦੋਂ ਲੰਗਰ ਦੀ ਤੁਸੀਂ ਸ਼ੁਰੂ ਕੀਤਾ ਸੀ ਲੰਗਰ ਲਗਾਉਣਾ, ਕਿੰਨੇ ਸਾਲ ਹੋ ਗਏ ਤੁਹਾਨੂੰ ਵੱਖ ਵੱਖ ਗੁਰਧਾਮਾਂ 'ਤੇ ਲੰਗਰ ਲਗਾਉਂਦੇ ਆ? ਸੇਵਾ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ, ਸਾਡੇ ਵੱਡੇ ਬਾਬੇ ਭੂਰੀ ਵਾਲੇ ਜਿਹੜੇ ਹੋਏ ਨੇ ਉਹਨਾਂ ਨੇ 1932 ਦੇ ਵਿੱਚ ਦਰਬਾਰ ਸਾਹਿਬ ਤੋਂ ਸੇਵਾ ਸ਼ੁਰੂ ਕੀਤੀਆਂ ਸਨ ਅਤੇ ਗੁਰੂ ਦੀ ਕਿਰਪਾ ਨਾਲ ਸੇਵਾਵਾਂ ਉਸੇ ਤਰ੍ਹਾਂ ਚੱਲੀ ਜਾਂਦੀਆਂ ਨੇ। ਗੁਰਪੁਰਬ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼੍ਰੀ ਪਟਨਾ ਸਾਹਿਬ ਵਿਖੇ, ਅਤੇ ਇਹਦੇ 'ਤੇ ਸਭ ਤੋਂ ਜ਼ਿਆਦਾ ਹੱਕ ਜਿਹੜਾ ਵਾ ਉਹ ਤਾਂ ਬਿਹਾਰ ਦੀ ਸੰਗਤ ਦਾ ਅਤੇ ਪਟਨਾ ਸਾਹਿਬ ਦੇ ਨਿਵਾਸੀਆਂ ਦਾ ਹਨ। ਅਤੇ ਅਸੀਂ ਇਹ ਵੇਖ ਵੀ ਰਹੇ ਹਾਂ, ਸਾਕਸ਼ਾਤ ਵੇਖ ਰਹੇ ਹਾਂ ਕਿ ਪਿਛਲੇ 4-5 ਸਾਲਾਂ ਤੋਂ ਜਿਹੜੀਆਂ ਬਿਹਾਰ ਦੀਆਂ ਸੰਗਤਾਂ ਨੇ ਉਹ ਸਿੱਖ ਸੰਗਤਾਂ ਨਾਲੋਂ ਵੀ ਜ਼ਿਆਦਾ ਉਤਸ਼ਾਹ ਦੇ ਨਾਲ ਅਤੇ ਬੜੀ ਭਾਵਨਾ ਨਾਲ, ਪਿਆਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਦੇ ਨੇ, ਮੱਥਾ ਵੀ ਟੇਕਦੇ ਨੇ ਅਤੇ ਫਿਰ ਵਡਿਆਈ ਗੁਰੂ ਨਾਨਕ ਦੇ ਘਰ ਦੀ ਆ, ਲੰਗਰ ਭੋਜਨ ਪ੍ਰਸ਼ਾਦਾ ਵੀ ਗੁਰੂ ਨਾਨਕ ਸਾਹਿਬ ਅਤੇ ਕਲਗੀਧਰ ਪਾਤਸ਼ਾਹ ਦੇ ਭੰਡਾਰੇ ਨੇ। ਉਹਨਾਂ ਦੇ ਭੰਡਾਰਿਆਂ 'ਚੋਂ ਜਿਹੜੀਆਂ ਸੰਗਤਾਂ ਨੇ ਬਿਹਾਰ ਦੀਆਂ ਜਿਹੜੀਆਂ ਲੋਕਲ ਸੰਗਤਾਂ ਨੇ, ਤਕਰੀਬਨ 25 ਤਰੀਕ ਤੋਂ ਲੰਗਰ ਦੀ ਅਰਦਾਸ ਕਰ ਦਈ ਦੀ ਆ ਕਿ ਜਿੰਨੀਆਂ ਵੀ ਸੰਗਤਾਂ ਜਿੱਥੋਂ ਮਰਜ਼ੀ ਆ ਆਉਣ, ਹਾਜ਼ਰੀ ਭਰਨ ਅਤੇ ਪ੍ਰਸ਼ਾਦਾ ਛਕਣ। ਅਤੇ 5 ਤਰੀਕ ਤੱਕ ਇਹ ਖੁੱਲ੍ਹਾ ਕੰਮ ਲੰਗਰ ਦਾ ਚੱਲਦਾ, 10 ਦਿਨ ਚੱਲਦਾ। ਇਹ 10 ਦਿਨ ਸੰਗਤਾਂ ਜਿਹੜੀਆਂ ਨੇ ਉਹ ਉਮੜ ਕੇ ਆਉਂਦੀਆਂ ਨੇ, ਮਾਈ ਭਾਈ ਬੀਵੀ ਬੱਚੇ ਸਭ ਲੋਕ ਜਿੰਨੇ ਵੀ ਆਫਿਸਰਸ ਨੇ ਉਹ ਵੀ ਆਪਣੇ ਪਰਿਵਾਰ ਬੱਚੇ ਲੈ ਕੇ ਆਉਂਦੇ ਨੇ ਅਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲੈਂਦੇ ਨੇ। ਵੈਸੇ ਤਾਂ ਗੁਰਦੁਆਰਾ ਬਾਲੀਲਾ ਸਾਹਿਬ ਜਿੱਥੇ ਗੁਰੂ ਮਹਾਰਾਜ ਨੇ ਸਾਨੂੰ ਸੇਵਾ ਬਖਸ਼ੀ ਹੈ, ਕਾਰ ਸੇਵਾ ਬਾਬਾ ਭੂਰੀ ਵਾਲਿਆਂ ਨੂੰ, ਇੱਥੇ 12 ਮਹੀਨੇ 24 ਘੰਟੇ ਗੁਰੂ ਕੇ ਲੰਗਰ ਦੇ ਪ੍ਰਬੰਧ ਚੱਲਦੇ ਆ, ਸੰਗਤਾਂ ਵਾਸਤੇ ਰਿਹਾਇਸ਼ ਦੇ ਪ੍ਰਬੰਧ ਚੱਲਦੇ ਆ। ਸੋ ਦਾਸ ਇਹ ਕਹੇਗਾ ਕਿ ਇੱਥੇ ਇਹਨਾਂ ਦਾ ਹੱਕ ਸਾਡੇ ਤੋਂ ਵੀ ਪਹਿਲਾਂ ਵਾ, ਭਾਵੇਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ, ਪਰ
ਪਿਆਰ ਦੀਆਂ ਸੰਗਤਾਂ ਜਿਹੜੀਆਂ ਨੇ ਉਹਨਾਂ ਦਾ ਇੱਕ ਆਪਣਾ ਹੀ ਜਿਹੜੀ ਆ ਉਹਨਾਂ ਦੀ ਰੌਣਕ ਆ, ਉਹਨਾਂ ਦਾ ਆਪਣਾ ਹੀ ਇੱਕ ਮਾਹੌਲ ਆ, ਉਹਨਾਂ ਦੀ ਆਪਣੀ ਇੱਕ ਖੁਸ਼ੀ ਆ, ਅਤੇ ਸਾਨੂੰ ਵੀ ਖੁਸ਼ੀ ਹੁੰਦੀ ਆ ਜਦੋਂ ਉਹਨਾਂ ਦੇ ਬੱਚੇ ਬੀਵੀ ਆਪ ਸਾਰੇ ਲੋਕ ਆਉਂਦੇ ਨੇ ਅਤੇ ਪਿਆਰ ਨਾਲ ਲੰਗਰ ਛਕਦੇ ਆ, ਸਾਡੇ ਕੋਲ ਮੈਨੂੰ ਦਰਸ਼ਨ ਦੇਣ ਆਉਂਦੇ ਆ, ਇਹ ਸਾਰੀ ਸੰਗਤ ਜਿਹੜੀ ਆ ਸਰੋਪੇ ਦੇਈ ਅਤੇ ਬਹੁਤ ਖੁਸ਼ੀ ਹੁੰਦੀ ਆ। ਸੋ ਮੈਂ ਕਹਾਂਗਾ ਵੀ ਇਹ ਗੁਰੂ ਕਲਗੀਧਰ ਪਾਤਸ਼ਾਹ ਦੀ ਆਪਣੀ ਕਿਰਪਾ ਵਾ ਮਹਾਰਾਜ, ਅਤੇ ਇਹ ਸੇਵਾ ਦੇ ਕੰਮ ਜਿਹੜੇ ਨੇ ਅਤੇ ਯੁਗਾਂ ਜੁਗੰਤਰਾਂ ਤੱਕ ਉਹਨਾਂ ਦੀ ਕਿਰਪਾ ਨਾਲ ਚੱਲਦੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਬਾਬਾ ਕਸ਼ਮੀਰ ਸਿੰਘ ਜੀ। ਸੋ ਇਹਨਾਂ ਦੇ ਵੱਲੋਂ ਬਹੁਤ ਹੀ ਜਿਹੜਾ ਪ੍ਰਬੰਧ ਬਹੁਤ ਵਧੀਆ ਕੀਤਾ ਜਾ ਰਿਹਾ। ਸੋ ਇਸ ਦੇ ਨਾਲ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਂਦੇ ਕਿ ਜਿੱਥੇ ਸੰਗਤਾਂ ਦੇ ਬੈਠਣ ਦਾ ਵੀ ਪ੍ਰਬੰਧ ਕੀਤਾ ਗਿਆ ਕਿ। ਸੋ ਬਿਲਕੁਲ ਜੀ, ਇਸ ਦੇ ਨਾਲ ਤਸਵੀਰ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਕਿ ਸੰਗਤ ਦੇ ਜਿੱਥੇ ਸੰਗਤ ਬੈਠੀ ਹੋਈ ਹੈ ਇਹਨਾਂ ਦੇ ਲਈ ਇੱਥੇ ਸੋਫੇ ਲਗਾਏ ਗਏ ਨੇ, ਬਜ਼ੁਰਗਾਂ ਦੇ ਵਾਸਤੇ ਵੀ ਰਹਿਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਬਿਹਾਰ ਸਰਕਾਰ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਹੈ, ਉਹਨਾਂ ਦੇ ਵੱਲੋਂ ਖਾਸ ਤੌਰ 'ਤੇ ਪ੍ਰਬੰਧ ਕੀਤੇ ਗਏ ਨੇ। ਸੋ ਬਾਬਾ ਭੂਰੀ ਵਾਲਿਆਂ ਦਾ ਜਿਹੜਾ ਲੰਗਰ ਹੈ ਹਰ ਪਾਸੇ ਜਿਹੜੀ ਚਰਚਾ ਹੋ ਰਹੀ ਕਿ ਬਹੁਤ ਹੀ ਸਵਾਦ ਅਤੇ ਬਹੁਤ ਹੀ ਸਾਫ਼ ਢੰਗ ਦੇ ਨਾਲ ਇੱਥੇ ਜਿਹੜਾ ਲੰਗਰ ਹੈ ਗੁਰੂ ਘਰ ਦੇ ਵਿੱਚ ਵਰਤਾਇਆ ਜਾਂਦਾ ਹੈ। ਸੋ ਬਾਬੇ ਨਾਨਕ ਦਾ ਲੰਗਰ ਹਮੇਸ਼ਾ ਹੀ ਅਤੁੱਟ ਇਵੇਂ ਹੀ ਚੱਲਦਾ ਰਹੇਗਾ। ਅਤੇ ਆਪ ਸਭ ਸੰਗਤਾਂ ਵੀ ਜਦ ਵੀ ਪਟਨਾ ਸਾਹਿਬ ਆਓ ਤਾਂ ਆਓ, ਗੁਰਧਾਮਾਂ ਦੇ ਦਰਸ਼ਨ ਕਰੋ ਅਤੇ ਗੁਰੂ ਪਾਤਸ਼ਾਹ ਦੇ ਆਪ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਹੁਣ ਲਵਾਂਗੇ ਅੱਗੇ ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰ ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156505085 'ਤੇ। ਥੈਂਕ ਯੂ।